सत श्री अकाल जी। दैनिक सवेरा टीवी देख रहे हो तुसीं तां मैं हां सिकंदर परसरीचा। अज दिन है शुक्रवार ते शुक्रवार दी लोकां नूं बड़ी बेसब्री नाल रहिंदी है उड़ीक, क्योंकि नवीं फिल्म जो रिलीज़ हो गई है माही मेरा निक्का जिहा। अज जिहड़ी नवीं पंजाबी मूवी रिलीज़ हो चुकी है माही मेरा निक्का जिहा, जिसनों स्टार कर रहे हैं पुखराज भल्ला, करणवीर देओल, हशीन चौहान, जसविंदर भल्ला, अनीता देवगन। तो नवीं पंजाबी मूवी माही मेरा निक्का जिहा लोगों को कितनी पसंद आ रही है, तो चलते हैं लोगों के कोल ते जानते हैं उन्हां दी राय। तो आ जाओ फिर चलते हैं। सर बहुत वधिया हैगी है, इहदे विच दस्सिया गया कि प्यार कदी उम्र दा नहीं करना चाहिए, ना हन छोटा वड्डा वेखना चाहिए, कद वेख के नहीं दिखना चाहिए, यह दस्सिया गया। इहदे बहुत वधिया सी, एंटरटेनमेंट काफ़ी आ, सारी मूवी च हसदे ही रहे अहीं, ते मैं ते अपनी रियल लाइफ भी मेरा एक्सपीरियंस भी है भी माही मेरा निक्का जिहा बाकी दिल मिले दी गल हुंदी आ, छोटा वड्डा ये चीज़ां मैटर नहीं कर, नहीं 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 ये चीज़ मैटर नहीं करती। वधिया सी मूवी, बहुत वधिया लगा जी, बड़ा माण महसूस होया जी, निक्के कद ते फिल्म बनी है जी, नाले सारे करदे मखौल ही करदे निक्के कद नूं, पर फिल्म ने माण वधाया जी साडा, वधिया लगी है जी। ਭਾਜੀ ਬਹੁਤ ਵਧੀਆ ਫਿਲਮ ਹੈ ਜੀ, ਮੈਨੂੰ ਭਾਜੀ ਬਹੁਤ ਵਧੀਆ ਮੂਵੀ ਲੱਗੀ ਹੈ, ਐਕਟਿੰਗ ਬਹੁਤ ਵਧੀਆ, ਕਾਮੇਡੀ ਬਹੁਤ, ਹਾਸਾ ਬਹੁਤ ਵਧੀਆ ਲੱਗੀ ਮੂਵੀ। ਐਕਟਿੰਗ ਦੀ ਗੱਲ ਕਰੀ ਤੇ ਐਕਟਿੰਗ ਕਿਹਦੀ ਅੱਛੀ ਲੱਗੀ? ਇਹ ਐਕਟਿੰਗ ਭਾਜੀ ਪੁਖਰਾਜ ਭਾਜੀ ਹੈਗੇ ਆ, ਬਹੁਤ ਜ਼ਿਆਦਾ ਕਾਮੇਡੀ ਗੀਰ ਵਿੱਚ ਫਿਲਮ 'ਚ, ਅਤੇ ਸਾਰਿਆਂ ਨੂੰ ਵੇਖਣੀ ਚਾਹੀਦੀ ਆ। ਐਕਟਿੰਗ ਸਾਰਿਆਂ ਦੀ ਵਧੀਆ ਸੀ, ਬਾਕੀ ਕਾਮੇਡੀ ਮੂਵੀ 'ਚ ਜਿਹੜਾ ਵਧੀਆ ਕਾਮੇਡੀ ਕਰ ਜੇ ਉਹੀ ਐਕਟਰ ਵਧੀਆ ਹੁੰਦਾ ਹੈ, ਬਾਕੀ ਸਾਰੇ ਠੀਕ ਸੀਗੇ ਐਕਟਰ। ਸਾਰਿਆਂ ਦੀ ਵਧੀਆ ਲੱਗੇ, ਇੱਕ ਦੂਜੇ ਤੋਂ ਵਾਅਦੇ ਕਿਸੇ ਨੂੰ ਪਿੱਛੇ ਨਹੀਂ ਕਰ ਸਕਦੇ, ਕਿਸੇ ਨੂੰ ਅੱਗੇ ਨਹੀਂ ਕਰ ਸਕਦੇ, ਬਹੁਤ ਵਧੀਆ ਲੱਗੀ ਜੀ। ਤੇ ਜਸਵਿੰਦਰ ਭੱਲਾ ਜੀ ਦਾ ਜਿਹੜੇ ਬੇਟਾ ਸਾਹਿਬ ਹੈ, ਮੈਨੂੰ ਨਾਮ ਤੇ ਨਹੀਂ ਪਤਾ ਉਹਨਾਂ ਦਾ, ਪੁਖਰਾਜ ਜੀ, ਕਾਫੀ ਵਧੀਆ ਐਕਟਿੰਗ ਕਰ ਲੈਂਦੇ ਆ, ਤੇ ਮੈਨੂੰ ਲੱਗਦਾ ਕਿ ਕਾਫੀ ਚੜ੍ਹਾਈ ਕਰਨਗੇ ਜੀ ਆਪਣੇ ਬਾਲੀਵੁੱਡ ਇੰਡਸਟਰੀ 'ਚ। ਦੋਵਾਂ ਦੀ ਬਹੁਤ ਐਕਟਿੰਗ ਵਧੀਆ ਲੱਗੀ, ਕਾਮੇਡੀ ਸੀਨ ਕੰਪੀਟੀਸ਼ਨ ਬਹੁਤ ਵਧੀਆ ਸੀ ਉਹਨਾਂ ਦਾ। ਫਿਲਮ ਦੀ ਸਟੋਰੀ, ਡਾਇਲੋਗ ਬਾਜੀ, ਗਾਣੇ ਵਗੈਰਾ ਕਿਸਾਂ ਲੱਗੇ? ਬਹੁਤ ਵਧੀਆ ਹੈਗੇ ਸਰ, ਸਾਰੇ ਵਧੀਆ ਹੈਗੇ ਆ, ਪੁਖਰਾਜ ਭਾਜੀ ਦੀ ਐਕਟਿੰਗ ਬਹੁਤ ਵਧੀਆ ਹੈਗੀ ਆ, ਉਹ ਵੀ ਵਧੀਆ, ਉਹਦੇ ਕਰਦੇ ਹੀ ਸਾਰੀਆਂ ਫਿਲਮਾਂ ਵਧੀਆ। ਸਟੋਰੀ ਭਾਅ ਜੀ ਇਹ ਆ ਵੀ ਉਹ ਮਾਹੀ ਮੇਰਾ ਨਿੱਕਾ ਜਿਹਾ ਸਮਝ ਲੱਗਦਾ, ਜਿੱਦਾਂ ਵੀ ਉਹਨਾਂ ਦਾ ਨਾ ਜਿਹੜਾ ਮੇਨ ਕਰੈਕਟਰ ਆ, ਮੇਲ ਕਰੈਕਟਰ ਆ, ਉਹ ਛੋਟਾ ਹੁੰਦਾ ਹਾਈਟ 'ਚ, ਅਤੇ ਕੁੜੀ ਥੋੜ੍ਹੀ ਲੰਬੀ ਹੁੰਦੀ ਆ ਅਤੇ ਟੌਲ ਹੁੰਦੀ ਆ ਜੀ, ਉਸ ਕਰਕੇ ਅਤੇ ਉਹ ਥੋੜ੍ਹਾ ਇਸ਼ੂਜ਼ ਰਹਿੰਦੇ ਆ, ਪਰ ਐਂਡ 'ਚ ਸਾਰਾ ਕੁਝ ਸੈਟਲ ਡਾਊਨ ਹੋ ਜਾਂਦਾ, ਬਹੁਤ ਵਧੀਆ ਫਿਲਮ ਹੈ। ਐਂਡ ਕਾਮੇਡੀ ਜਸਵਿੰਦਰ ਭੱਲਾ ਸਾਹਿਬ ਜੀ ਦੇ ਪਹਿਲਾਂ ਹੀ ਬਹੁਤ ਵਧੀਆ ਵਾ, ਕੈਰੀਆਂ ਜੱਟਾਂ ਐਂਡ ਹੋਰ ਸਾਰੀਆਂ ਫਿਲਮਾਂ 'ਚ ਉਹਨਾਂ ਨੇ ਕਾਫੀ ਆਪਣਾ ਕਿਰਦਾਰ ਵਧੀਆ ਨਿਭਾਇਆ ਜੀ। ਹਾਂਜੀ ਵਧੀਆ ਲੱਗੀ, ਬਹੁਤ ਵਧੀਆ। ਇਹ ਫਿਲਮ ਨੂੰ ਸਟਾਰ ਕਰਨਾ ਹੋਵੇ 5 ਸਟਾਰ 'ਚੋਂ ਕਿੰਨੇ ਸਟਾਰ ਕਰੋ? ਸਰ 10 ਦੇਵਾਂਗੇ ਆਪਾਂ। ਇੰਨੀ ਵਧੀਆ ਹੈਗੀ ਫਿਲਮ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਟਾਈਟਲ ਸਾਡੇ ਨਾਲ ਰਲਦਾ ਆ ਮਾਹੀ ਮੇਰਾ ਨਿੱਕਾ ਜਿਹਾ, ਅਤੇ ਮੈਂ ਤਾਂ 5 ਸਟਾਰ ਹੀ ਕਰੂੰਗੀ। ਮੈਂ 5 ਸਟਾਰ ਹੀ ਦੇਵਾਂਗਾ ਜੀ। ਭਾਅ ਜੀ ਮੈਨੂੰ 4.5 ਦੇਵਾਂਗਾ। ਮੈਂ ਤਾਂ ਨਾ 4.6 ਦੇਵਾਂਗਾ। ਤਾਂ ਅੱਜ ਰਿਲੀਜ਼ ਹੋਈ ਨਵੀਂ ਪੰਜਾਬੀ ਮੂਵੀ ਮਾਹੀ ਮੇਰਾ ਨਿੱਕਾ ਜਿਹਾ, ਜਿਹਨੂੰ ਦੇਖ ਕੇ ਦਰਸ਼ਕ ਬਾਹਰ ਆ ਚੁੱਕੇ ਨੇ ਅਤੇ ਦਰਸ਼ਕ ਇਸ ਮੂਵੀ ਦੀ ਕਾਫੀ ਸ਼ਲਾਘਾ ਕਰ ਰਹੇ ਨੇ, ਔਰ ਪੁਖਰਾਜ ਭੱਲਾ, ਹਸ਼ੀਨ ਚੌਹਾਨ ਅਤੇ ਜਸਵਿੰਦਰ ਭੱਲਾ ਦੀ ਐਕਟਿੰਗ ਦੀ ਵੀ ਕਾਫੀ ਤਾਰੀਫ ਲੋਕਾਂ ਵੱਲੋਂ ਕੀਤੀ ਗਈ ਹੈ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ, ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦਬੰਦ, ਜਾਦੂ ਟੋਣਾ, ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ, ਬਾਬਾ ਯਾਮੀਨ ਬੰਗਾਲੀ, 96435032।